ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਾਹਰ ਬਹੁਤ ਗਰਮੀ ਸੀ ਅਤੇ ਬੱਚਿਆਂ ਦੇ ਵਿੱਚ ਬਹੁਤ ਐਕਸਾਈਟਮੈਂਟ ਸੀ ਸ਼ੋਅ ਨੂੰ ਲੈ ਕੇ। ਇਹ ਸਭ ਤੁਹਾਡਾ ਪਿਆਰ ਹੈ, ਪਰ ਹੁਣ ਅਸੀਂ ਆ ਗਏ ਜੀ ਅੰਦਰ। ਬਾਹਰ ਗੱਲਬਾਤ ਵੀ ਨਹੀਂ ਹੁੰਦੀ ਸੀ, ਹੁਣ ਅਸੀਂ ਅੰਦਰ ਇਕੱਲੇ ਇਕੱਲੇ ਨਾਲ ਗੱਲਬਾਤ ਕਰਾਂਗੇ। ਥੋੜ੍ਹੇ ਜਿਹੇ ਬੱਚੇ ਬਾਹਰ ਨੇ, ਉਹ ਆਪਾਂ ਅਗਲੇ ਸੈਗਮੈਂਟ 'ਚ ਲੈ ਕੇ ਆਵਾਂਗੇ। ਸੋ ਕਰਦੇ ਹਾਂ ਜੀ ਗੱਲਬਾਤ ਸ਼ੁਰੂ, ਕੋਈ ਹੌਲੀ ਹੌਲੀ। ਹਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਦੇ ਵਿੱਚ ਕੀ ਨਾਂ ਜੀ ਤੁਹਾਡਾ? ਜੈਸਮੀਨ। ਜੈਸਮੀਨ, ਓਕੇ। ਆਹ ਦੰਦ 'ਚ ਬਹੁਤ ਬਿੱਥ ਹੈ ਕਹਿੰਦੇ, ਜਿਹੜੇ ਦੰਦਾਂ 'ਚ ਬਿੱਥ ਹੁੰਦੀ ਹੈ ਪੈਸੇ ਵਾਲੇ ਹੁੰਦੇ ਆ। ਪੈਸਾ ਹੈ ਨਹੀਂ ਤੁਹਾਡੇ ਕੋਲ? ਨਾ। ਹਰੇਕ ਕੁੜੀਆਂ ਹੀ ਕਹਿੰਦੀਆਂ। ਅੱਛਾ, ਕਿੱਥੋਂ ਬਿਲੋਂਗ ਕਰਦੇ ਹੋ? ਮਜੀਠੇ ਤੋਂ। ਮਜੀਠੇ ਤੋਂ? ਹਾਂਜੀ। ਤੇ ਕੀ ਸ਼ੌਂਕ ਕੀ ਤੁਹਾਡੇ? ਸ਼ੌਂਕ ਸਿੰਗਿੰਗ, ਡਾਂਸਿੰਗ। ਸਿੰਗਿੰਗ? ਇਹ ਕਿਹੜਾ ਜੀ, ਸਿੱਧੇ ਖੜਾ ਮੈਂ ਸਿੱਧੇ ਆ ਜੀ। ਸਿੰਗਿੰਗ ਦਾ? ਹਾਂਜੀ। ਸੁਣਾਓ ਜੀ ਗਾਣਾ। ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਹ ਨੀਂਦ ਰੇ ਨੇ ਮਾਰਿਆ, ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ, ਇੱਕ ਮੇਰੀ ਅੱਖ ਕਾਸ਼ਨੀ। ਮੈਂ ਤੁਹਾਨੂੰ ਗਿਫਟ ਦਿੰਦਾ ਪਿਓਰ ਰੂਟਸ ਵੱਲੋਂ, ਪਰ ਇੱਕ 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 ਐਕਟ ਕਰਨਾ ਆਪਾਂ। ਤੁਸੀਂ ਕਿਹਾ ਵੀ ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ। ਹੁਣ ਤੁਸੀਂ ਤਿਆਰ ਹੋਣਾ ਨਾ, ਤੁਸੀਂ ਕਾਲਜ ਆਉਣਾ, ਮੈਂ ਸ਼ੀਸ਼ਿਆਂ 'ਚ ਤੁਹਾਡੇ। ਤੁਸੀਂ ਬੱਸ 'ਤੇ ਆਉਂਦੇ ਹੋ ਕਾਲਜ? ਬਸ ਬੱਸ ਵਾਲਾ ਬਾਹਰ ਖੜਾ ਹੈ ਨਾ, 5 ਮਿੰਟ ਹੀ ਰਹਿ ਗਏ। ਇੰਨੀ ਜਲਦੀ ਤਾਂ ਨਹੀਂ ਹੋਣਾ। ਫਿਰ ਬੱਸ ਵਾਲਾ ਬਾਹਰ ਖੜਾ ਕਰੋ। ਜਿੰਨਾ ਮਰਜ਼ੀ ਦਾਗ ਪੈ ਜੇ ਬਈ ਸਾਡੇ, ਹਨਾ, ਆ ਮੇਰੇ ਵੀ ਦਾਗ ਪਏ ਆ, ਕੋਈ ਕੋਈ ਫਰਕ ਨੀ ਮੁੰਡਿਆਂ ਨੂੰ, ਸਮਝ ਨੀ। ਹੁਣ ਕੁੜੀ ਦੀ, ਕੁੜੀ ਸੁਣੋ, ਜੇ ਸਵੇਰੇ ਉੱਠਦੇ ਨੂੰ ਕੁੜੀ ਨੂੰ ਕਿਤੇ ਪਿੰਪਲ ਹੋ ਜੇ, ਸ਼ੀਸ਼ੇ ਮੂਹਰੇ ਖੜ ਕੇ ਆ, ਤੁਸੀਂ ਮੈਨੂੰ ਫੜਾ ਦਿਓ। ਚਲੋ ਹੋ ਗਿਆ ਜੀ, ਚਲੋ ਸ਼ੁਕਰ ਹੈ ਹੋਇਆ, ਧੰਨਵਾਦ, ਗੋਡ ਬਲੈਸ ਯੂ, ਖੁਸ਼ ਰਹੋ, ਬਾਬਾ ਜੀ ਖੁਸ਼ ਰੱਖਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਂ ਜੀ ਵੀਰੇ? ਸੁਖਵਿੰਦਰ ਸਿੰਘ। ਸੁਖਵਿੰਦਰ ਸਿੰਘ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਮਜੀਠੇ ਤੋਂ। ਮਜੀਠੇ ਤੋਂ? ਕਿੰਨੇ ਜੀ ਆ ਜੀ ਤੁਹਾਡੇ ਘਰੇ? ਟਾਈਮ ਤਾਂ ਨਾ ਹੀ ਪੁੱਛੋ, ਤਾਂ ਹੀ ਗਰਮੀ ਹੋ ਰੱਖੀ ਹੈ ਦੇਖੋ। ਬਸ ਇਹੀ ਗੱਲ, ਤਾਂ ਹੀ ਮੈਂ ਦੱਸਿਆ। ਤੇ ਹੋਰ ਸ਼ੌਂਕ ਜੀ ਤੁਹਾਡੇ? ਸਿੰਗਿੰਗ ਦਾ। ਗਾਇਕੀ ਦਾ? ਬਹੁਤ ਵਧੀਆ, ਬਹੁਤ ਵਧੀਆ, ਕਰੋ ਜੀ ਪੇਸ਼। ਹੋ ਬਿੱਲੋ ਕਰ ਦਾ ਤਿਆਰ ਹੀ ਤੇਰਾ ਯਾਰ ਨੀ, ਵੇਖੀ ਕਲਾਕਾਰ ਬਣੂ ਹਨ ਨੇ, ਉਹ ਜਿਹੜੇ ਕਰਦੇ ਨੇ ਗੱਲਾਂ ਅੱਜ ਲੋਕੀ ਨੀ, ਕੱਲ ਉਹਨਾਂ ਦੇ ਨੇ ਮੂੰਹ ਪੰਨਣੇ। ਉਹ ਬਿੱਲੋ ਘੱਟ ਨਾ ਤੂੰ ਜਾਣੀ ਇਸ ਜੱਟ ਨੂੰ, ਘੱਟ ਨਾ ਤੂੰ ਜਾਣੀ ਇਸ ਜੱਟ ਨੂੰ, ਕਰਦਾ ਮਿਹਨਤ ਹੱਡ ਤੋੜਦੀ, ਉਹ ਮੇਰੇ ਨਾਲ ਹੱਕੇ ਖੜਨਾ ਤੇ ਖੜ ਜਾ, ਨਹੀਂ ਤੇ ਫੋਕੀਆਂ ਸਲਾਹਾਂ ਦੀ ਵੀ ਲੋੜ ਨੀ, ਉਹ ਮੇਰੇ ਨਾਲ। ਥੈਂਕ ਯੂ ਸਰ, ਖੁਸ਼ ਰਹੋ ਜੀ, ਖੁਸ਼ ਰਹੋ, ਗੋਡ ਬਲੈਸ ਯੂ। ਖੜੋ 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 ਮੇਰਾ ਵੀ, ਖੜੋ ਖੜੋ ਖੜੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਨਵਦੀਪ ਕੌਰ। ਏਮ ਕੀ ਹੈ ਜ਼ਿੰਦਗੀ 'ਚ, ਕੀ ਬਣਨਾ ਹੈ? ਸਰ ਲੈਕਚਰਰ। ਪ੍ਰੋਫੈਸਰ? ਹਾਂਜੀ। ਓਕੇ, ਚਲੋ ਤੁਸੀਂ ਪ੍ਰੋਫੈਸਰ ਲੱਗ ਗਏ ਇਸੇ ਕਾਲਜ 'ਚ, ਮੈਨੂੰ ਪੜ੍ਹਾਉਣਾ ਜੀ? ਤੁਹਾਨੂੰ ਪੜ੍ਹਾਉਣਾ? ਹਾਂਜੀ। ਤੈਨੂੰ ਬਣਾ, ਐਡਮਿਸ਼ਨ ਨਹੀਂ ਮਿਲ ਸਕਦੀ ਮੈਨੂੰ? ਨਹੀਂ। ਇੰਨੇ ਮਾੜੇ ਜਵਾਕ ਨਹੀਂ ਹੈਗੇ, ਐਮਏ ਕੀਤੀ ਹੋਈ ਹੈ, ਮੈਨੂੰ ਕਹਿੰਦੇ ਤੈਨੂੰ ਪੜ੍ਹਾਉਣਾ। ਚਲੋ ਠੀਕ ਹੈ ਜੀ, ਤੁਸੀਂ ਮੈਡਮ ਲੱਗ ਗਏ ਜੀ ਇੱਥੇ, ਤੁਹਾਨੂੰ 2 ਸਾਲ ਹੋ ਗਏ ਜੀ, ਮੇਰੀ ਐਡਮਿਸ਼ਨ ਨਵੀਂ ਹੋਈ ਹੈ ਜੀ, ਪਹਿਲਾ ਦੂਜਾ ਦੇਣੀ ਹੈ। ਹਾਂਜੀ। ਠੀਕ ਹੈ ਜੀ। ਅੱਛਾ, ਪਹਿਲੀ ਮੈਡਮ ਆ ਵੀ ਖੁਸ਼ ਬਹੁਤ ਆ ਵੀ ਤੈਨੂੰ ਪੜ੍ਹਾਵਾਂਗੇ, ਹੋਏ ਸੋਹਣੇ ਬੱਚਿਆਂ ਨੂੰ ਪੜ੍ਹਾਉਂਦਾ, ਸੋਹਣੇ ਬੱਚਿਆਂ ਨੂੰ ਪੜ੍ਹਾਉਣ ਦਾ ਐਕਸਪੀਰੀਅੰਸ ਵੱਖਰਾ ਹੁੰਦਾ, ਐਕਸਪੀਰੀਅੰਸ ਵੱਖਰਾ ਹੁੰਦਾ। ਚਲੋ ਠੀਕ ਹੈ, ਠੀਕ ਹੈ ਜੀ। ਮੈਂ ਸਟੂਡੈਂਟ ਜੀ, ਮੈਂ ਤੁਹਾਡਾ ਜਵਾਕ, ਠੀਕ ਹੈ? ਤੁਹਾਡਾ ਜਵਾਕ ਨਹੀਂ ਦੱਸ ਰਿਹਾ, ਸਟੂਡੈਂਟ, ਸਟੂਡੈਂਟ। ਹਾਂਜੀ। ਕੀ ਕਰਦੇ ਪਏ ਜੇ? ਕੀ ਕਰਦੇ ਪਏ ਜੇ? ਹਾਂਜੀ, ਬੈਠੇ ਜੇ, ਪੜ ਪੜ ਪੜਨ ਲੱਗੇ ਜੇ, ਹਲੇ ਪੜਨ ਨਹੀਂ ਲੱਗੇ ਜੇ, ਪੜਨ ਲੱਗੇ ਜੇ, ਤੁਸੀਂ ਪੜਾਉਣਾ ਜੇ, ਚਲੋ ਪੜੋ ਫਿਰ। ਬੜਾ ਮੇਕਅਪ ਥੱਪਿਆ ਜੇ, ਸੋਹਣੇ ਨਹੀਂ ਲੱਗੀਦਾ, ਸੋਹਣੇ ਲੱਗੀਦਾ, ਪੜਾਉਣ ਨਹੀਂ ਰੱਖਿਆ ਕਿਤੇ ਮੇਕਅਪ, ਲਾਉਣ ਨਹੀਂ, ਮੈਂ ਪੜਦਾ ਥੋੜ੍ਹ ਤੋਂ ਅੰਗਰੇਜ਼ੀ, ਵੀਕ ਹੈ ਅੰਗਰੇਜ਼ੀ, ਪੜਾਓ। ਠੀਕ ਹੈ, ਉਹ ਮੇਰੀ ਵੀ, ਉਹ ਤੁਹਾਡੀ ਵੀਕ ਹੈ ਜੀ। ਚਲੋ ਬਹੁਤ ਵਧੀਆ, ਇੱਥੇ ਖਤਮ ਕਰਦੇ ਹਾਂ ਗੱਲ, ਹੈ ਨਾ। ਹੁਣ ਜਦੋਂ ਮੈਡਮ ਆਪ ਹੀ ਕਹਿੰਦੇ ਵੀ ਵੀਕ ਹੈ, ਤੇ ਪਿਓਰ ਰੂਟਸ ਵੱਲੋਂ ਗੋਲਡ ਕਰੀਮ ਬਲੀਚ ਤੁਹਾਨੂੰ ਗਿਫਟ ਕੀਤੀ ਜਾਂਦੀ ਹੈ ਤਾਂ ਕਿ ਸੁੰਦਰਤਾ ਤੁਹਾਡੀ ਬਣੀ ਰਹੇ। ਥੈਂਕ ਯੂ। ਤੇ ਕਿਤੇ ਲੱਗ ਜਾਓ ਪ੍ਰੋਫੈਸਰ, ਪੜਾ ਲਿਓ। ਠੀਕ ਹੈ ਜੀ, ਹਾਂਜੀ ਹਾਂਜੀ, ਥੈਂਕ ਯੂ ਸੋ ਮਚ। ਪੜੋ, ਮੈਨੂੰ ਸਾਈਡ 'ਤੇ ਕਹਿੰਦਾ ਵੀਰੇ ਮੈਨੂੰ ਬੁਲਾ ਲਈ, ਬੱਕਰੀ ਦੀ ਚੀਜ਼ ਪੇਸ਼ ਕਰੋ। ਮੈਂ ਕਿਹਾ ਹੁਣ ਘਰਦਿਆਂ ਨੇ ਬੱਕਰੀ ਚੀਜ਼ ਪੇਸ਼ ਤਾਂ ਕਰਤੀ, ਹੋਰ ਕੀ ਰਹਿ ਗਿਆ। ਕੀ ਨਾਂ ਹੈ? ਅਮਨ ਸਿੰਘ। ਅਮਨ ਸਿੰਘ, ਕਿਹੜੀ ਬੱਕਰੀ ਚੀਜ਼ ਪੇਸ਼ ਕਰਨੀ ਹੈ ਜੀ? ਗਾਣਾ ਹੀ ਬੋਲਣਾ। ਅੱਛਾ, ਗਾਣਾ, ਗਾਣਾ ਥੋੜਾ ਵੱਖ ਚੀਜ਼ ਹੈ, ਵੱਖ ਵੱਖ ਵੱਖ। ਹਾਂਜੀ, ਸੁਣਾਓ ਸੁਣਾਓ। ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਹਾਂ, ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ। ਮੇਰੇ ਵੱਲ ਦੇਖ, ਉਧਰ ਦੇ ਕੁੜੀਆਂ ਵੱਲ। ਸੁਣ ਲਓ ਸੁਣ ਲਓ, ਬਾਅਦ ਜੇ ਸੈਂਡਲ ਪਏ ਨਾ ਤਾਂ ਤੂੰ ਹੀ ਖਾਣੇ, ਮੈਂ ਨਹੀਂ। ਹਾਂ,
ਕੰਟੀਨ ਚ ਗੱਲਾਂ ਕਰਦੀਆਂ ਇੱਕ ਦੂਜੇ ਨਾਲ। ਮੈਨੂੰ ਨਹੀਂ ਪਤਾ ਵੀਰੇ, ਮੈਨੂੰ ਨਾ ਲੈ ਨਾਲ। ਕੰਟੀਨ ਚ ਕੁੜੀਆਂ ਗੱਲਾਂ ਕਰਦੀਆਂ ਇੱਕ ਦੂਜੇ ਨਾਲ, ਇੱਕ ਸੋਹਣਾ ਜਿਹਾ ਮੁੰਡਾ ਹੁੰਦਾ, ਹਾਂ ਇੱਕ ਦੂਜੇ ਨੂੰ ਆਪਸ ਚ ਗੱਲਾਂ ਕਰਦੇ। ਸੋਹਣਾ ਜਿਹਾ ਮੁੰਡਾ ਜਿਹੜਾ ਖੜਾ ਆ, ਕਹਿ ਦੇ ਕਹਿ ਕਹਿ ਮੈਂ ਆਉਂਦਾ, ਮੈਨੂੰ ਲੈ ਲਓ। ਚਲੋ ਚਲੋ, ਇੱਕ ਕਹਿੰਦੀ ਆ ਉਹ ਮੁੰਡੇ ਦਾ ਪਿਆਰ ਪਤਾ ਨੀ ਕੀ ਦੇ ਹਿੱਸੇ ਆ, ਤੇਰੇ ਆਲਾ ਆ ਗਿਆ ਮੇਰਾ ਪਤਾ ਨੀ ਕਿੱਥੇ ਆ, ਤੇਰੇ ਆਲਾ ਆ ਗਿਆ ਮੇਰਾ ਪਤਾ ਨੀ ਕਿੱਥੇ ਆ। ਇੱਕ ਦੂਜੀ ਨੂੰ ਕਹਿੰਦੀ, ਇੱਕ ਦੂਜੀ ਨੂੰ ਕਹਿੰਦੀ ਅੱਜ ਤਾਂ ਆਇਆ ਲੱਗਦਾ ਨਹੀਂ, ਕਹਿੰਦੀ ਛੱਡ ਕੁੜੇ ਤੂੰ ਉਹਨੂੰ ਦੇਖਿਓ ਕਿੰਨਾ ਫੱਬਦਾ ਨੀ, ਜਦ ਮਰ ਜਾਣਾ ਪੱਗ ਪੋਚ ਵੀ ਬੰਨ ਕੇ ਆ ਜਾਂਦਾ, ਪਹਿਲੀ ਤੱਕਣੀ ਦੇ ਨਾਲ ਮੇਰੇ ਦਿਲ ਵਿੱਚ ਛਾ ਜਾਂਦਾ। ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਹਾਂ, ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ। ਥੈਂਕ ਯੂ। ਬਹੁਤ ਵਧੀਆ ਗਾਣਾ ਗਾਇਆ। ਹੁਣ ਲੋਕ ਜੀ, ਇੱਕ ਨਾਲ ਇੱਕ ਫਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੁਣ ਵੀ ਸਤਿ ਸ਼੍ਰੀ ਅਕਾਲ, ਦੋਵਾਂ ਨੂੰ ਗੱਠੀ ਸਤਿ ਸ਼੍ਰੀ ਅਕਾਲ। ਕਿਆ ਹੀ ਬੋਲਦਾ ਭਾਈ, ਟੀਵੀ ਅੱਗੇ ਆਉਣ ਦਾ ਇੱਕੋ ਸਤਿ ਸ਼੍ਰੀ ਅਕਾਲ ਕਰ ਰਿਹਾ। ਕੀ ਨਾਂ ਤੁਹਾਡਾ? ਮਨਦੀਪ ਕੌਰ। ਮਨਦੀਪ ਕੌਰ, ਤੁਹਾਡਾ? ਹਰਜੀਤ ਕੌਰ। ਹਰਜੀਤ ਕੌਰ, ਹਾਂਜੀ। ਆ ਬਾਹਰ ਆਇਆ ਕਿਵੇਂ? ਜਦੋਂ ਮੈਂ ਆਇਆ ਬਾਹਰ ਪਹਿਲਾਂ ਬਹੁਤ ਭੀੜ ਸੀ। ਹੈ ਜੋ ਮਰਜ਼ੀ ਹੋਵੇ ਟੀਵੀ ਅੱਗੇ ਆਉਣਾ ਜ਼ਰੂਰ, ਸਲਾਹ ਕਰਦੇ ਪਏ ਕਿ ਦੋਵੇਂ ਜਾਣੀਆਂ। ਬੜਾ ਰੱਬ ਕਰੇ ਜਦੋਂ ਤੁਸੀਂ ਟੀਵੀ ਅੱਗੇ ਆਓ ਤੁਹਾਡਾ ਆਵੇ ਲੈਟ ਤੁਰ ਜਾਏ ਸਾਰੇ ਪੰਜਾਬ। ਨਹੀਂ ਨਹੀਂ, ਮਜ਼ਾਕ ਕਰਦਾ, ਸਗੋਂ ਸਾਰੀ ਲੈਟ ਆ ਜੇ, ਤੁਸੀਂ ਉਹ ਰਹੋ ਟੀਵੀ ਤੇ। ਚੁਗਲੀ ਕਿਹੜੀ ਕੀਤੀ ਜਦੋਂ ਮੈਂ ਆਇਆ? ਕੀ ਲੱਗਾ ਇਹਨੂੰ, ਸਾਰੇ ਕਿੱਦਾਂ ਭੱਜੇ ਜਾਂਦੇ ਆ, ਚਿੰਬੜੀ ਆ ਫੇਰ ਲੱਗਾ ਕਿ ਫੇਰਨਗੇ ਮੈਂ ਸੱਚੀ ਸੋਣਾ। ਚਲੋ ਚਲੋ ਚਲੋ, ਰੱਬ ਕਰੇ ਹੁਣ ਜ਼ਰੂਰ ਟੀਵੀ ਚੱਲੇ ਤੁਹਾਡੇ ਘਰ ਦੇ ਦੇਖਣ। ਦੇਖਦੇ ਆ, ਚਲੋ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਹੀਂ ਮੈਂ ਕੀਤੀ ਫਿਰ ਜੀ, ਤੁਸੀਂ ਤਾਂ ਰੋਜ਼ ਹੀ ਮਿਲਦੇ ਹੋ। ਮੈਂ ਵੀ ਕਰਦੀ। ਚਲੋ ਠੀਕ ਹੈ, ਹਾਂ ਸੌਂਗ ਸੌਂਗ ਸੁਣਾਓ, ਸੌਂਗ ਸੁਣਾਓ। ਚਲੋ ਜੀ, ਇਹ ਮੇਕਅਪ ਦੇ ਦੋਵੇਂ ਜਣੀਆਂ ਬਹੁਤ ਇਹਨਾਂ ਨੂੰ ਚਾਹ ਹੈ, ਹੈਨਾ ਜੀ, ਤੇ ਪਿਓਰ ਰੂਟਸ ਵੱਲੋਂ ਇਹਨਾਂ ਨੂੰ ਗਿਫਟ ਐਂਪਰ ਦਿੱਤਾ ਜਾਂਦਾ। ਗੋਲਡ ਬਲੀਚ ਟੀਮ, ਖੁਸ਼ ਰਹੋ, ਕਿੱਦਾਂ ਪਾਉਂਦੇ ਰਹੋ, ਲੜਦੇ ਰਹੋ, ਭਿੜਦੇ ਰਹੋ, ਖੜੋ। ਆ ਜਾ ਮੇਰੇ ਭਰਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਵੀਂ ਵਿਆਹੀ ਵੋਟੀ ਨੂੰ ਹੱਸਦਾ ਹੈ, ਕਿਵੇਂ ਹੈ? ਬਸ ਵਧੀਆ ਭਾਈ, ਤੁਸੀਂ ਸੁਣਾਓ? ਕੀ ਨਾਂ ਤੁਹਾਡਾ? ਮੇਰਾ ਨਾਂ ਹਰਮਨਪ੍ਰੀਤ ਸਿੰਘ ਹੈ। ਹਰਮਨਪ੍ਰੀਤ ਸਿੰਘ, ਕੀ ਸ਼ੌਂਕ ਹੈ ਤੁਹਾਡੇ? ਮੇਰੇ ਸ਼ੌਂਕ ਜੀ ਲਿਖਣਾ ਤੇ ਗਾਉਣਾ। ਸੁਣਾਓ ਜੀ, ਸੁਣਾਓ ਫਿਰ। ਉਹ ਜਿੱਥੇ ਯਾਰਾਂ ਦੀਆਂ ਗੱਲ ਹੋਣੀ ਯਾਰੀ ਐ ਨਿਭਾਉਣੀ, ਜਿੱਥੇ ਅਲੜਣਾ ਲਾਉਣੀ ਉੱਥੇ ਤੋੜ ਹੈ ਚੜਾਉਣੀ, ਉਹ ਅਸੀਂ ਪੱਕਿਆਂ ਅਸੂਲਾਂ ਆਪਣਿਆਂ ਦੇ, ਸਾਨੂੰ ਕਿਸੇ ਦੀ ਵੀ ਰੋਕ ਟੋਕਣਾ, ਮੈਂ ਹਾਂ ਪੁੱਤ ਇੱਕ ਸਰਦਾਰ ਦਾ, ਉਹ ਦੂਜਾ ਅੰਮ੍ਰਿਤ ਸਰ ਤੋਂ ਮੈਂ ਹਾਂ, ਮੈਂ ਹਾਂ ਪੁੱਤ, ਉਹ ਮੈਂ ਹਾਂ ਪੁੱਤ ਇੱਕ ਸਰਦਾਰ ਦਾ, ਉਹ ਦੂਜਾ ਅੰਮ੍ਰਿਤ ਸਰ ਤੋਂ ਮੈਂ ਹਾਂ। ਬਹੁਤ ਸੋਹਣਾ ਗਾਣਾ ਲਿਖਿਆ, ਆਪ ਲਿਖਿਆ ਭਾਈ? ਬਹੁਤ ਸੋਹਣੀ ਕਲਮ, ਬਾਬਾ ਜੀ ਬਰਕਤ ਪਾਉਣ ਕਲਮ ਨੂੰ। ਥੈਂਕ ਯੂ ਸੋ ਮਚ। ਖੜੋ 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 ਮੇਰਾ, ਆਓ ਜੀ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ? ਮਨਪ੍ਰੀਤ। ਕੀ ਹੋਬੀਜ਼ ਨੇ ਜੀ? ਸਿੰਗਿੰਗ। ਸਿੰਗਿੰਗ, ਮਿਮਿਕਰੀ ਕਰਨਾ। ਤੇ ਮਿਮਿਕਰੀ ਕਰਨਾ, ਮਿਮਿਕਰੀ, ਚਲੋ ਮਿਮਿਕਰੀ ਕਰੋ ਜੀ। ਚਲੋ ਠੀਕ ਹੈ। ਕਿਹਦੀ ਕਰਨ ਲੱਗੇ ਹੋ? ਸੋਨਿਕਾ ਮੈਮ ਸਾਡੇ। ਵਾਹ। ਰੋਲ ਨੰਬਰ 1, ਰੋਲ ਨੰਬਰ 2। ਓਹੋ, ਨਾਨ ਮੈਡੀਕਲ, ਕਿੰਨੀ ਗਰਮੀ ਕੀਤੀ ਹੋਈ ਹੈ। ਓਕੇ, ਹੁਣ ਮੈਂ ਤੁਹਾਨੂੰ ਦੱਸਾਂਗੀ ਸਪੇਸ ਤੇ ਪਲੇਨਸ ਬਾਰੇ। ਪਲੇਨ ਵਿੱਚ ਐਕਸ ਵਾਈ ਹੁੰਦਾ ਹੈ ਤੇ ਸਪੇਸ ਵਿੱਚ ਐਕਸ ਵਾਈ ਜ਼ੈਡ ਹੁੰਦਾ ਹੈ। ਤੇ ਇਤਨੀ ਸਮਝ ਲੱਗ ਰਹੀ ਹੈ ਨਾ ਆਪਕੋ? ਮੈਂ ਤਾਂ ਤੁਰ ਜਾਣਾ, ਨੰਬਰ ਤੁਹਾਡੇ ਕੱਟੇ ਜਾਣੇ ਇਹਨਾਂ ਦਾ। ਉਹ ਬਹੁਤ ਚੰਗੇ ਮੈਡਮ ਨੇ। ਓਏ ਹੋਇਆ, ਤਰੀਫ ਕਰਦੀ ਨਾਲ ਹੀ। ਅਖੀਰ ਚ ਆਟਾ ਗੁੰਨ ਕੇ ਐਂ ਪੇੜਾ ਬਣਾਦਾ, ਬਹੁਤ ਵਧੀਆ। ਚਲੋ ਚਲੋ, ਹਾਂਜੀ, ਹੋਰ ਅੱਗੇ। ਦੱਸ ਰਿਹਾ ਮੈਂ ਚੱਲ ਜਾਣਾ। ਇਹ ਨੰਬਰ 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 ਮਾਈਨਸ ਮਾਈਨਸ ਹੋ ਜਾਣੇ। ਪਲਾਥੇ ਪਲਾਥੇ ਕਰਾਣੇ ਆਉਂਦੇ ਆ। ਚਲੋ ਠੀਕ ਹੈ ਜੀ, ਅੱਗੇ ਫਿਰ। ਫਿਰ ਸਾਡੇ ਜਸਰਾਜ ਸਰ ਹੈਗੇ ਪਲੱਸ 2 ਵਾਲੇ, ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਪ੍ਰੂਵ ਕਰਨਾ ਹੋਵੇ ਨਾ, ਆਹ ਚੀਜ਼ ਆਪਾਂ ਲੱਭਣੀ ਆ।
ਗੋਡ ਬਲੈਸ ਯੂ, ਬਹੁਤ ਸੋਹਣੀ ਕਲਾ ਤੇ ਤੁਸੀਂ ਬਹੁਤ ਸੋਹਣੇ ਹੋ ਤੇ ਮੇਰੇ ਵੱਲੋਂ ਪਿਓਰ ਰੂਟਸ ਗੋਲਡ ਬਲੀਕ ਕਰੀ, ਖੁਸ਼ ਰਹੋ ਹਮੇਸ਼ਾ ਹੀ। ਮਿਲਦੇ ਹਾਂ ਜੀ ਇੱਕ ਛੋਟੇ ਜਿਹੇ